Good morning guys, welcome back to DuBro channel. Now we are going to gym. ਜਿਵੇਂ ਆਪਣੇ ਭਾਈ ਸਾਹਿਬ ਨੇ ਦੱਸਿਆ ਸੀਗਾ ਕਿ ਬੰਦਾ ਲੀਨ ਕਰਨਾ ਹੋਣਾ ਪਤਾ ਨਹੀਂ ਯਾਰ, ਟਰਾਈ ਜ਼ਰੂਰ ਕਰਦੇ ਹਾਂ ਨਹੀਂ ਕਰਨਾ ਹੋਏਗਾ, ਸਾਰੇ ਜਾਣਦੇ ਮੈਨੂੰ ਇਨ ਦਾ ਵਰਲਡ, ਉਹ ਫੇਮਸ ਹੋ ਗਿਆ ਪਰਸੋਂ ਦਾ ਬਹੁਤ ਫੇਮਸ ਹੋ ਗਿਆ। ਓਕੇ ਨਾ ਉਹ ਦੋ ਮਿੰਟ ਦਾ ਡਿਸਟੈਂਸ ਆ ਆਪਣੇ ਘਰ ਦੇ ਸਾਹਮਣੇ ਜਿੰਮ ਆਕਸੀਜਨ। ਓਕੇ ਡਿਊਰਿੰਗ ਜਿੰਮ ਔਰ ਆਫਟਰ ਜਿੰਮ ਮਿਲਦੇ ਹਾਂ ਬਾਬਾ। ਜਿੰਮ 'ਚ ਆ ਗਏ ਹਾਂ ਜੀ ਅਤੇ ਐਕਸਰਸਾਈਜ਼ ਸਟਾਰਟ ਕਰਾਂਗੇ। ਤੁਸੀਂ ਸਾਡੇ ਨਾਲ ਰਹੋ ਜਿੰਨਾ ਟਾਈਮ ਅਸੀਂ ਜਿੰਮ ਦੇ ਵਿੱਚ, ਜੋ ਵੀ ਫੁਟੇਜ ਆ ਤੁਹਾਨੂੰ ਵਲੌਗ ਦੇ ਵਿੱਚ ਐਡ ਕਰ ਦਾਂਗੇ। ਓਕੇ ਔਰ ਪ੍ਰਿਪਰੇਸ਼ਨ ਚੱਲ ਰਹੀ ਹੈ। ਖਾਂਦਾ ਪੀਂਦਾ ਰਹਿੰਦਾ ਆਪ, ਪ੍ਰੋਟੀਨ ਵਗੈਰਾ ਜੇ ਖਾਂਦਾ ਰਹਿੰਦਾ ਮੈਨੂੰ ਕਹੂਗਾ ਤੂੰ ਜਸਟ ਡਾਇਟ ਕਰਨੀ ਆ, ਕੁਛ ਨਹੀਂ ਖਾਣਾ। ਆਪਦੇ ਕੋਲ 20-30 ਡੱਬੇ ਆ ਮੈਨੂੰ ਕਹੂਗਾ ਤੂੰ ਮਸ਼ੀਨ 'ਤੇ ਜਾ ਕੇ ਮਰ ਇੱਦਾਂ ਭੱਜ ਅੰਨੇ ਵਾ। ਨਾਓ ਆਮ ਗੋਇੰਗ ਟੂ ਟ੍ਰੈਡਮਿਲ ਰਨਿੰਗ ਟੂ ਵਾਰਮ ਅਪ ਮਾਈਸੈਲਫ। ਕੈਮਰੇ ਦੀ ਸੈਟਿੰਗ ਹੋ ਗਈ ਆ, ਰਨਿੰਗ ਕਰ ਲਈ ਆ ਬਾਈ ਜੀ। ਹੁਣ ਆਪਣਾ ਜਿਹੜਾ ਪਰਸਨਲ ਟ੍ਰੇਨਰ ਆ ਘਰ ਦਾ ਉਹ ਐਕਸਰਸਾਈਜ਼ ਮੈਨੂੰ ਕਰਵਾਉਂਦਾ ਡੇਲੀ ਬੇਸ 'ਤੇ, ਦੇਖ ਜਦ ਟ੍ਰੇਨਿੰਗ ਕਿਵੇਂ ਆ। ਠੀਕ ਹੈ ਤੂੰ ਮਜ਼ਾ ਕੱਢ ਦਿੰਦਾ ਹੁੰਦਾ ਯਾਰ। ਜਾ ਕੇ ਕਹਿੰਦੇ 50 ਜੰਪ ਦੇ 50 ਦੇ 50 ਖੇਡ ਪਈ ਆ, 20-20 ਕਰਨੇ ਆ। ਨੱਬੇ ਕਿਲੋ ਭਾਰ ਲੈ ਕੇ ਜੰਪ ਵੱਜਦਾ ਹੁੰਦਾ ਕਿਤੇ ਯਾਰ, ਹੋਰ ਯਾਰ ਆਪ ਹੀ ਪੰਗਾ ਲਿਆ ਹੋਇਆ। ਬਾਈ ਜੀ ਐਕਸਰਸਾਈਜ਼ ਖਤਮ ਹੋ ਗਈ ਆ, ਜਿੰਮ ਲਾ ਕੇ ਵਾਪਸ ਆ ਗਿਆ, ਗੱਡੀ 'ਚ ਬਹਿ ਗਿਆ ਪਾਰਕਿੰਗ ਦੇ ਵਿੱਚ। ਨਾ ਉਹ ਵੀ ਹੇਡਿੰਗ ਟੂ ਓਵਰ ਸੈਕੰਡਲੀ ਯਾਰ, ਮੈਂ ਗੱਲ ਕਰਨੀ ਸੀ ਨਾਲ ਛੋਟਾ ਵੀ ਆ, ਪੰਜਾਬ ਦੇ ਵਿੱਚ ਫਲੱਡ ਆਇਆ ਹੋਇਆ ਸਹੀ ਹੈ, ਅਤੇ ਜੋ ਸੋਸ਼ਲ ਮੀਡੀਆ 'ਤੇ ਜੋ ਵੀਡੀਓਜ਼ ਅਸੀਂ ਫੇਸਬੁੱਕ 'ਤੇ ਦੇਖਦੇ ਹਾਂ, ਟਰੂ ਦਿਲੋਂ ਸਲੂਟ ਆ ਖਾਲਸਾ ਏਡ ਨੂੰ। ਖਾਲਸਾ ਏਡ ਪੰਜਾਬੀਆਂ ਨੇ ਸਾਬਿਤ ਕਰਤਾ ਕਿ ਜੀ ਸਾਨੂੰ ਕਿਸੇ ਗੌਰਮੈਂਟ ਦੀ ਜ਼ਰੂਰਤ ਨਹੀਂ ਹੈਗੀ, ਉਹਨਾਂ ਦੀ ਹੈਲਪ ਦੀ ਕੋਈ ਸਪੋਰਟ ਦੀ ਕਿਸੇ ਕਾਇੰਡ ਆਫ ਕਿਸੇ ਭੜੂਏ ਦੀ ਲੋੜ ਨਹੀਂ, ਕਿਸ ਭੜੂਏ ਦੀ ਲੋੜ ਨਹੀਂ ਹੈ। ਕਾਫੀ ਸਟੇਟਾਂ ਦੇ ਵਿੱਚ ਫਲੱਡ ਪਿੱਛੇ ਜੇ ਵੀ ਆਇਆ ਰੀਸੈਂਟਲੀ ਹੈ ਨਾ ਦੇਖੇ, ਔਰ ਉੱਥੇ ਵੀ ਪੰਜਾਬੀ ਪਹੁੰਚੇ ਸੀ। ਖਾਲਸਾ ਏਡ ਸਲੂਟ ਹੈ ਜੀ ਤੁਹਾਨੂੰ ਦਿਲੋਂ, ਔਰ ਜੋ ਵੀ ਉਹਦੇ ਵਲੰਟੀਅਰ ਨੇ, ਜੋ ਵੀ ਮੁੰਡੇ ਯੰਗ ਨਿਕਲ ਕੇ ਬਾਹਰ ਆਏ ਨੇ, ਅਤੇ ਅੱਜ ਸਾਬਤ ਵੀ ਹੋ ਗਿਆ ਪੰਜਾਬ ਕਿੰਨੇ ਕੁ ਨਸ਼ੇ 'ਚ ਆ ਔਰ ਕਿੰਨੇ ਕੁ ਸਪੋਰਟਿਵ ਆ। ਸਹੀ ਹੈ ਬਾਈ ਜੀ, ਇਹੀ ਸਿਰਫ ਮੈਂ ਇੱਕ ਮੈਸੇਜ ਦੇਣਾ ਸੀਗਾ, ਸਲਿਊਟ ਜਿੰਨਾ ਵੀ ਕਹਿਦਾ ਉਨਾ ਹੀ ਘੱਟ। ਵਲੌਗ ਆਲਰੇਡੀ ਔਨ ਏਅਰ ਹੋ ਚੁੱਕਿਆ ਯੂਟਿਊਬ 'ਤੇ, ਜਾ ਕੇ ਪਲੀਜ਼ ਲਿੰਕ ਕਲਿੱਕ ਕਰਕੇ ਉਹ ਵਲੌਗ ਦੇਖ ਲਿਓ। ਔਰ ਚੈਲੰਜ ਕੀਤਾ ਸੀ ਮਸਟੈਂਗ ਨੂੰ ਪੁਸ਼ ਕਰਨ ਦਾ, ਬਾਈ ਜੀ ਜਿੱਤ ਗਏ ਨੇ, ਖੜ੍ਹੇ ਨੇ, ਕੀ ਜਿੱਤੇ ਨੇ ਉਹ ਤੁਹਾਨੂੰ ਦਿਖਾ ਦਈਏ। ਇਹਨੇ ਅੱਜ ਕੋਈ ਚੈਲੰਜ ਕਰਨਾ ਮੈਨੂੰ, ਦੇਖਦੇ ਹਾਂ ਉਹ ਚੈਲੰਜ ਕੀ ਕਰਦਾ, ਮੈਨੂੰ ਪਤਾ ਨਹੀਂ ਹੈਗਾ ਕੀ ਕਰਨਾ ਇਹਨੇ, ਦੱਸ ਵੀ ਨਹੀਂ ਰਿਹਾ ਮੈਨੂੰ। ਓਕੇ ਸ਼ਾਮੀ ਮਿਲਦੇ ਹਾਂ ਬਾਬਾ। ਜਿਹੜੇ ਵਲੌਗ ਦੇ ਵਿੱਚ ਚੈਲੰਜ ਕੀਤਾ ਸੀ ਕਾਰ ਦਾ ਹੈ ਨਾ ਮਸਟੈਂਗ ਪੁਸ਼ ਕਰਨ ਦਾ, ਅਤੇ ਉਹ ਤੋਂ ਬਾਅਦ ਵਿੱਚ ਬਾਈ ਜੀ ਜਦ ਲੈ ਕੇ ਬੈਠੇ ਨੇ ਅਤੇ ਕਹਿੰਦੇ ਤੈਨੂੰ ਚੈਲੰਜ ਦੇਣਾ,
ਮੈਨੂੰ ਹਾਲੇ ਤੱਕ ਪਤਾ ਨਹੀਂ ਹੈਗਾ 50-50 ਆ ਕਿ ਕਰਨਾ ਕੀ ਆ, ਪਰ ਲੇਕਿਨ ਪਤਾ ਨਹੀਂ ਇਹਦਾ ਖੁਰਾਪਾਤੀ ਦਿਮਾਗ ਹੁਣ ਕੀ ਕਹਿੰਦਾ। ਹੁਣ ਇਹ ਤੋਂ ਆਪ ਹੀ ਪੁੱਛਾਂਗੇ ਆਪਾਂ। ਨਾਓ ਵੀ ਆਰ ਗੋਇੰਗ ਟੂ ਕਾਰ ਦੀ ਸਰਵਿਸ ਆ, ਠੀਕ ਆ, ਨਾਲੇ ਕਾਰ ਦੀ ਸਰਵਿਸ ਕਰਾਉਂਦੇ ਹਾਂ। ਹੋਰ ਕਿੱਥੇ ਆਉਣਾ ਆਪਾਂ? ਤਿੰਨ ਬੈਂਕ ਦਾ ਕੰਮ ਆ, ਇੱਕ ਬੈਂਕ ਦਾ ਕੰਮ ਆ, ਜਾਂ ਪੈਸੇ ਕਢਾਉਣੇ ਹੋਣਗੇ ਜਾਂ ਪੈਸੇ ਪਾਉਣੇ ਹੋਣਗੇ। ਬਾਈ ਜੀ ਤੋਂ ਰਾਸਤੇ ਵਿੱਚ ਆਪਾਂ ਵਾਰਤਾਲਾਪ ਕਰਦੇ ਹਾਂ ਵੀ ਇਹਨੇ ਮੈਨੂੰ ਅੱਜ ਕਿਹੜਾ ਚੈਲੰਜ ਦੇਣਾ ਵਾ। ਓਕੇ, ਲੈਟਸ ਗੋ। ਇਹ ਵਾਲੀ ਵਰਕਸ਼ਾਪ ਹੈ, ਤੁਹਾਨੂੰ ਮੈਂ ਦਿਖਾਦਾ ਸੁਪਰ ਫਿਕਸ। ਵੀਰੇ ਵਰਕਸ਼ਾਪ 'ਤੇ ਆ ਗਏ ਹਾਂ, ਠੀਕ ਹੈ। ਹੁਣ ਅਸੀਂ ਅੰਦਰ ਜਾਂਦੇ ਹਾਂ, ਚੈੱਕ ਕਰਦੇ ਹਾਂ ਕਦੋਂ ਸਾਡਾ ਨੰਬਰ ਲੱਗੂ। ਗੱਡੀਆਂ 'ਤੇ ਵੈਸੇ ਹੈ ਨਹੀਂ ਗਾ ਨੰਬਰ ਲੱਗਣ ਵਾਲਾ ਹੀ ਹੈ, ਵੈਸੇ ਪੁੱਛਣਾ ਜ਼ਰੂਰੀ ਹੈ। ਵੀਰੇ ਗੱਡੀ ਦੀ ਸਰਵਿਸ ਹੋ ਗਈ ਆ, ਠੀਕ ਹੈ, ਅਤੇ ਸਰਵਿਸ ਕਰਾਉਣ ਤੋਂ ਬਾਅਦ ਹੁਣ ਚੱਲੇ ਹਾਂ ਅਸੀਂ ਬੈਂਕ, ਬੈਂਕ ਟੂ। ਵੀਡੀਓ ਐਂਡ ਤੱਕ ਦੇਖਣਾ, ਚੈਲੰਜ ਪੂਰਾ ਕੰਪਲੀਟ ਹੋਣਾ। ਇੱਥੇ ਬਾਈ ਨੇ ਚੈਲੰਜ ਕੀਤਾ ਆਈਸ ਵਾਲਾ, ਅਤੇ ਮੈਂ ਤਾਂ ਗਰਮੀਆਂ ਦੇ ਵਿੱਚ ਵੀ ਗਰਮ ਪਾਣੀ ਨਾਲ ਨਹਾਉਣਾ ਪਤੰਦਰੋਂ, ਮੈਨੂੰ ਅਮਲੀ ਨੂੰ ਮਾਰਨਾ। ਬਾਈ ਜੀ ਬੈਂਕ ਵਾਲਾ ਕੰਮ ਖਤਮ, ਹੁਣ ਚੱਲੇ ਹਾਂ ਅਸੀਂ ਚੈਲੰਜ। ਚੈਲੰਜ ਕਹਿੰਦਾ ਆਈਸ ਲੈਣੀ ਆ ਜਾ ਕੇ। ਆਈਸ ਲੈਣੀ ਆ, ਆਈਸ ਆਈਸ ਲੈਂਦੇ ਹਾਂ, ਆਈਸ ਲੈਂਦੇ ਹਾਂ, ਫਿਰ ਉਹਨੂੰ ਟੱਬ 'ਚ ਪਾਉਂਦੇ ਹਾਂ, ਫਿਰ ਤੈਨੂੰ ਪਾਉਂਦੇ ਹਾਂ। ਵੀਰੇ ਘਰ ਆ ਗਏ ਅਸੀਂ, ਆਪਣਾ ਜੋ ਵੀ ਅਸੀਂ ਕੰਮ ਜਾਣਾ ਸੀ, ਗੱਡੀ ਦੀ ਸਰਵਿਸ ਦੱਸਿਆ ਸੀ, ਕਾਰ ਦੀ ਸਰਵਿਸ ਕਰਾਉਣ ਵਾਲੀ ਆ, ਅਤੇ ਬੈਂਕ ਦਾ ਕੰਮ ਖਤਮ ਕਰਕੇ ਅਤੇ ਗਰੋਸਰੀ ਆ ਗਏ, ਠੀਕ ਆ। ਅਤੇ ਬਾਈ ਨੇ ਚੈਲੰਜ ਮੈਨੂੰ ਚੈਲੰਜ ਕੀਤਾ ਸੀਗਾ ਕਾਰ ਪੁਸ਼ ਕਰਨ ਦਾ, ਓਕੇ, ਅੱਜ ਇਹ ਮੈਨੂੰ ਚੈਲੰਜ ਕਰ ਰਿਹਾ, ਇਹਦੇ ਮੂੰਹ ਹੀ ਸੁਣ ਲੈਂਦੇ ਆਪਾਂ ਕੀ ਕੀਤਾ। ਡਿਫੀਕਲਟ ਨਹੀਂ ਕਰ ਰਿਹਾ, ਈਜ਼ੀ ਚੈਲੰਜ ਹੈ, ਆਈਸ ਪਾਵਾਂਗੇ ਪਾਣੀ ਦੇ ਵਿੱਚ, ਪਾਣੀ ਨੂੰ ਥੋੜ੍ਹਾ ਟਾਈਮ ਕਰਾਂਗੇ ਠੰਡਾ, ਫਿਰ ਕਹਾਂਗੇ 22-30 ਸੈਕਿੰਡ ਵਿੱਚ ਰਹੂਗਾ, ਸਾਹ ਬੰਦ ਇਕੱਲਾ ਵਿੱਚ ਹੀ ਰਹਿਣਾ ਸਾਹ ਰੋਕ ਕੇ। ਤੁਸੀਂ ਦੇਖੋ ਸ਼ਾਮ ਨੂੰ ਜਦੋਂ ਅਸੀਂ ਸਟਾਰਟ ਕੀਤਾ ਸੀ ਨਾ, ਅਤੇ ਉਹਦੇ ਵਿੱਚ 15 ਸੈਕਿੰਡ ਕਹੇ ਸੀ, ਹੁਣ ਇਹਨੇ 30 ਕਰਤੇ ਆ। ਮੈਨੂੰ ਲੱਗਿਆ 15 ਸੈਕਿੰਡ ਬਹੁਤ ਥੋੜ੍ਹੇ ਆ, ਕੋਈ ਬੱਚਾ ਵੀ ਕਰ ਲੂਗਾ, ਠੀਕ ਆ, ਫਿਰ ਚਲੋ ਪਾ ਲਿਆ, ਫਿਰ ਮੈਂ ਸਟਾਰਟ ਕਰ ਰਿਹਾ, ਥੋੜ੍ਹਾ ਠੰਡਾ ਹੋਊਗਾ, ਫਿਰ ਬਾਈ ਨੂੰ ਵੜਾਂਗੇ ਮੈਂ। ਬਾਂਦਰ ਨੇ ਚੈਲੰਜ ਕੀਤਾ, ਹੋਰ ਕੁਛ ਨਹੀਂ ਬਾਈ ਜੀ, ਇੱਕ ਮਤਲਬ ਇਹ ਜੈਦੀ ਲੈ ਗਿਆ, ਮਤਲਬ ਹੋਰ ਕੁਛ ਨਹੀਂ ਆ। ਮੈਨੂੰ ਕਿਹਾ ਸੀ ਘੱਟ ਚੱਕੀ ਤੇ ਇਹਨੇ ਵੱਧ ਚੱਕ ਲਏ, ਘਟਿਆ ਨਹੀਂ ਆ ਇਹ। ਬਾਈ ਜੀ ਬਹੁਤ ਠੰਡਾ ਹੋ ਜਾਣਾ ਯਾਰ, ਛੋਟੇ ਬਹੁਤ ਠੰਡਾ ਹੋ ਜਾਣਾ ਯਾਰ, ਉਹੀ ਤਾਂ ਚੈਲੰਜ ਆ, ਹੁਣ ਮੈਂ ਗਰਮ ਥੋੜ੍ਹੀ ਜਾਂਦਾ, ਜਾਂ ਫਿਰ ਇੱਦਾਂ ਰੱਖ ਲਾ ਜਿਹੜਾ ਦੁਬਈ ਦਾ ਐਕਚੁਅਲ ਗਰਮ ਪਾਣੀ ਆਉਂਦਾ ਉਹਦੇ ਵਿੱਚ ਲੈ। ਸਹੀ ਯਾਰ,
ਕਿੰਨੇ ਕਰਾ ਕੇ ਹੋਰ ਲੋ ਬਈ ਹੁਣ ਆਪਾਂ ਥੋੜੀ ਦੇਰ ਵੇਟ ਕਰਾਂਗੇ ਜੇ ਪਾਣੀ ਠੰਡਾ ਹੋ ਜਾਵੇ ਪੂਰਾ ਬਾਈ ਜੀ ਔਖਾ ਕਰੂਗਾ ਇਹ ਪਾਣੀ ਮੈਂ ਦੱਸਦਾ ਤੁਹਾਨੂੰ ਠੀਕ ਆ ਵੀਰੇ ਇਹ ਜੈਦ ਲਾਈਆ ਇਹਨੇ ਸ਼ਰਿਆ ਇੰਨਾ ਠੰਡੇ ਪਾਣੀ ਨਾਲ ਨਾ ਨਹਾ ਕੇ ਨਾ ਐਕਚੁਅਲੀ ਉਦਾਂ ਦਾ ਨਹਾਉਂਦਾ ਵੀ ਅਮਲੀ ਨੂੰ ਠੰਡੇ ਪਾਣੀ ਚ ਪਾੜ ਰਹੇ ਹੁਣ ਆਪਾਂ ਓਏ ਮੈਂ ਨਹਾਉਣਾ ਵੀ ਆ ਡੇਲੀ ਹੁਣ ਬਾਈ ਵੜ ਜਾ ਹੁਣ ਠੰਡਾ ਹੋਣ ਤੋਂ ਪਹਿਲਾਂ ਹਾਂ ਨਹੀਂ ਨਹੀਂ ਹਜੇ ਠੰਡਾ ਹੋ ਰਹਿਣ ਦੇ ਹਾਂ ਸਾਰੀ ਆਈਸ ਇੱਕ ਸਾਈਡ ਤੇ ਆਈ ਆ ਮੈਂ ਕਰੂੰਗਾ ਸਭ ਜਗ੍ਹਾ ਕਰੂੰਗਾ ਬਾਈ ਜੀ ਪੂਰੀ ਮਤਲਬ ਮੈਲਟ ਹੋ ਗਈ ਆਈਸ ਤੇ ਇਹ ਠੀਕ ਨਹੀਂ ਹੈਗਾ ਵੈਸੇ ਨਹੀਂ ਨਹੀਂ ਚੈਲੰਜ ਆ ਕਰਨਾ ਪੈਣਾ ਚੱਲ ਬਹੁਤ ਠੰਡਾ ਜਦੋਂ ਤੇਰਾ ਮੂੰਹ ਵਿੱਚ ਹੋ ਗਿਆ ਉਦੋਂ ਮੈਂ ਟਾਈਮ ਸਟਾਰਟ ਕਰੂੰ ਬਈ ਚੈਲੰਜ ਆ ਇਹ ਕਰਨਾ ਪੈਣਾ ਨਹੀਂ ਨਹੀਂ ਬੰਦ ਨੀ ਕਰਨੀ ਚੱਲ ਬੱਚ ਕਰ ਸਟਾਰਟ ਕਰਨ ਲੱਗਾ ਓਕੇ 10 ਸੈਕਿੰਡ ਘਟਾ ਦਿੰਦਾ 20 ਸੈਕਿੰਡ ਦੱਸੀ ਮੈਂ ਟਾਈਮਰ ਜਦੀ ਸਟਾਰਟ ਕਰ ਦੂੰ ਓਕੇ 1 2 3 ਠੰਡਾ ਪੂਰਾ ਉਹ ਬਾਈ ਉਹ ਮਾਸ ਹੁੰਦੀ ਆ ਉਹ ਤੇ ਕੀ ਵੀ ਅਗਰ ਤੁਹਾਨੂੰ ਚੱਕਰ ਆ ਰਿਹਾ ਅਗਰ ਤੁਹਾਨੂੰ ਡਰਾਮਾ ਲੱਗਦਾ ਨਾ ਪਲੀਜ਼ ਯਾਰ ਜਿਹਦੇ ਜਿਹਦੇ ਘਰੇ ਟਾਪਾ ਨਾ ਟਰਾਈ ਜ਼ਰੂਰ ਕਰ ਲਿਓ ਪਾਣੀ ਠੰਡਾ ਹੋਣਾ ਚਾਹੀਦਾ ਲੱਤਾਂ ਤੇ ਪਾ ਇਹ ਫੇਰ ਹਾਰ ਗਿਆ 14 ਸੈਕਿੰਡ ਆਲਮੋਸਟ ਠੀਕ ਆ ਜੇ ਅਸੀਂ ਹਾਰ ਗਏ ਕੋਈ ਗੱਲ ਨਹੀਂ ਬਾਈ ਔਖਾ ਸੀ ਯਾਰ ਸਕੈਂਟ ਬਹੁਤ ਦਿੱਤੇ ਸੀ ਮੈਂ ਤਾਂ 15 ਮੀਟਰ ਤੇ ਉਹ ਬਹੁਤ ਠੰਡਾ ਬੰਦਾ ਤੂੰ ਕਰਕੇ ਦੇ ਟਰਾਈ ਕਰ ਤੇ ਦੇਖ ਲੈਣਾ ਇੱਕ ਬਿਮਾਰ ਹੈ ਕਿਉਂ ਤੋਂ ਬਹੁਤ ਤਾਂ ਦੁੰਨੇ ਹੋ ਗਏ ਫਿਰ ਬਾਈ ਔਖਾ ਯਾਰ ਨਾ ਕਰੇ ਉਹਦੇ ਘਰੇ ਇਹ ਟਰਾਈ ਨਾ ਕਰੇ ਯਾਰ ਮਤਲਬ ਔਖਾ ਮਤਲਬ ਬਹੁਤ ਜ਼ਿਆਦਾ ਬੋਡੀ ਨੂੰ ਮੇਰੇ ਲੱਤਾਂ 'ਤੇ ਹਜੇ ਵੀ ਭਾਰ ਨਹੀਂ ਆ ਰਿਹਾ ਅੱਗੇ ਤੋਂ ਨਹੀਂ ਕਰਨਾ ਇਹ ਚੌੜ ਚੌੜ 'ਚ ਹੋ ਗਿਆ ਅੱਗੇ ਤੋਂ ਨਹੀਂ ਕਰਦੇ If you like this video guys, please do subscribe, like, share and comment DuBro channel and ਤੁਹਾਡਾ ਇੱਕ ਇੱਕ ਸਬਸਕ੍ਰਾਈਬਰ ਇੱਕ ਇੱਕ ਲਾਈਕ ਸਾਨੂੰ ਮੋਟੀਵੇਟ ਕਰਦਾ ਹੋਰ ਵੀਡੀਓ ਬਣਾਉਣ ਬੜੀ ਖੁਸ਼ੀ ਹੁੰਦੀ ਜਦੋਂ ਇੱਕ ਵੀ ਆਉਂਦਾ ਇੱਕ ਵੀ ਤਾਂ ਬੜਾ ਦਿਲ ਖੁਸ਼ ਹੁੰਦਾ ਬਾਈ ਜੀ ਚਲੋ ਓਕੇ ਗਾਇਸ ਥੈਂਕ ਯੂ ਗੁੱਡ ਨਾਈਟ ਬਾਏ ਬਾਬਾਸ